ठेकेदार साहब नूं मैं कहना चाहुंदा फिर तुसीं कुछ करो ना, इन्हां दे होर हीला की है, ये अपना प्रोटेस्ट भी ना करन। हंगर स्ट्राइक इज अ मार्क ऑफ प्रोटेस्ट। तुसीं जे सिख सिधांत तुहानूं इन्ने प्यारे ने, फिर जां तां इत्थे आण के बैठो उहनां दे नाल, चलो नाल सानूं लै के चलो, इन्हां दे परिवार नूं दिल्ली होम मिनिस्टर नूं मिलो, प्राइम मिनिस्टर नूं मिलो, इन्हां दे जिहड़ा अत्याचार हो रहा उसनूं बंद कराओ। जिहड़े को आपां जे करना भी कुछ नहीं गा ते दूजे दे करन दे उत्ते टुकणा भी आ ते फिर उहनूं मर्यादा सिखाउणी, दैट इज अनफेयर। ਟਾਕਾ ਵੱਜਿਆ ਵਾ ਸ਼ਰੇਆਮ, ਹਰਿਆਣਾ ਪੁਲਿਸ ਨੇ ਬੰਦਰ ਵੜ ਕੇ ਬੰਦੇ ਮਾਰੇ ਨੇ, ਟਰੈਕਟਰ ਭੰਨੇ ਨੇ, ਜ਼ਖਮੀ ਕੀਤੇ ਨੇ, ਇੱਕ ਵੀ ਪਰਚਾ ਛੋਟਾ ਜਿਹਾ। ਔਰ ਇਹ ਕਹਿੰਦਾ ਜੀ ਕਿ ਸ਼ਾਇਦ ਹੁਣ ਇਹਦੀ ਪੁਲਿਸ ਨੇ ਸਿਖਾ ਦਿੱਤਾ ਜੀ ਕਿ ਤਾਂ ਜਿਹੜਾ ਸ਼ੁਭ ਕਰਨ ਦਾ ਕਤਲ ਹੋਇਆ ਹਰਿਆਣਾ ਦੀ ਟੈਰੀਟਰੀ 'ਚ, ਹਾਲਾਂਕਿ ਗਲਤ ਆ, ਇੱਕ ਇਹਦੀ ਕੋਈ ਕਨਫਰਮੇਸ਼ਨ ਨਹੀਂ। ਮੰਨ ਲਿਆ ਹਰਿਆਣਾ ਦੀ ਟੈਰੀਟਰੀ 'ਚ ਹੋਇਆ, ਭਗਵੰਤ ਮਾਨ ਚਾਹੇ ਅੱਜ 0 FIR ਦਰਜ ਕਰ ਸਕਦਾ, 0 FIR ਕਤਲ ਦੀ ਦਰਜ ਕਰਕੇ ਹਰਿਆਣੇ ਨੂੰ ਭੇਜ ਦੇ, ਉੱਥੇ ਇਨਵੈਸਟੀਗੇਸ਼ਨ ਹੋ ਜੂਗੀ, ਡਜ਼ਨਟ ਮੈਟਰ। ਅਤੇ ਜਿਹੜੇ 250 ਬੰਦਾ ਇੱਥੇ ਫੱਟੜ ਕੀਤਾ ਉਹ ਤਾਂ ਪੰਜਾਬ ਦੀ ਧਰਤੀ 'ਤੇ ਹੋਇਆ ਨਾ, ਟੇਅਰ ਗੈਸ ਸ਼ੈਲ ਡਰੋਨਾਂ ਨਾਲ ਸੁੱਟੇ, ਇੱਧਰਲੇ ਪਾਸੇ ਰਬੜ ਦੀਆਂ ਪੈਲਟਸ ਮਾਰੇ ਨੇ, ਉਹਨਾਂ ਦੀ FIR ਕਿਉਂ ਨਹੀਂ ਹੁੰਦੀ? ਅਸਲ 'ਚ ਕਹਾਣੀ ਹੈ ਕਿ ਇਹ ਕਮਜ਼ੋਰ ਕਾਇਰ ਬੰਦਾ ਵਾ, ਇਹਦੇ ਜਾਨ ਨਹੀਂ ਹੈਗੀ ਕਿ ਖੜ ਕੇ ਪੰਜਾਬ ਦੇ ਉਹ ਲੋਕ ਆ ਚੁਟਕਲੇ ਜਿੰਨੇ ਮਰਜ਼ੀ ਸੁਣਾ ਰਹੇ, ਤੋ ਰੋਜ਼ ਦਿਹਾੜੀ ਉੱਠ ਕੇ ਫਲਾਣੇ ਨੂੰ ਟੀਚਰ, ਫਲਾਣੇ ਨੂੰ ਟੀਚਰ, ਦਿਸ ਇਜ਼ ਨੋਟ ਪੰਜਾਬ। ਪੰਜਾਬ ਨੀਡਸ ਮੱਚ ਮੱਚ ਮੋਰ ਸੀਰੀਅਸ ਅਟੈਂਸ਼ਨ ਐਂਡ ਸੀਰੀਅਸ ਐਡਮਿਨਿਸਟ੍ਰੇਸ਼ਨ। ਤੁਸੀਂ ਕੀ ਮਾਰਚ ਕਰਨ ਜਾ ਰਹੇ ਹੋ ਕਿਸਾਨਾਂ ਵਾਸਤੇ? ਤੁਸੀਂ ਕੋਈ ਸਾਡਾ ਤਾਂ ਪਰਸੋਂ ਦਾ ਰੱਖਿਆ ਜੀ, ਜਿਹੜਾ ਸ਼ੁਭ ਕਰਨ ਦੇ ਇਨਸਾਫ ਵਾਸਤੇ 250 ਬੰਦਾ ਕਿਸਾਨ ਫੱਟੜ ਹੋਇਆ, ਉਹਦੇ ਇਨਸਾਫ ਲਈ ਟਰੈਕਟਰਾਂ 'ਤੇ ਹਮਲਾ ਹੋਇਆ, ਅਸੀਂ ਚੌਕੇ ਪਿੰਡ ਦਾ ਮੌੜ ਹਲਕੇ 'ਚ, ਉੱਥੋਂ ਲੈ ਕੇ ਬੱਲੋ ਪਿੰਡ ਦੇ ਵੋਕ, ਇਹ ਸਾਰੀਆਂ ਗੱਲਾਂ ਸਿੰਬੋਲਿਕ ਆ, ਤੁਹਾਡੇ ਜ਼ਰੀਏ ਆ ਕੈਮਰਾ ਜ਼ਰੀਏ ਦੁਨੀਆ ਭਰ ਦੇਖ ਰਹੀ ਹੈ। ਇਹ ਮਤ ਸਮਝਣ ਕਿ ਪਬਲਿਕ ਓਪੀਨੀਅਨ ਜਿਹੜਾ ਹੈਗਾ ਕੋਈ ਉਹ ਬਿਲਡ ਨਹੀਂ ਹੋ ਰਿਹਾ, ਚਾਹੇ ਭਗਵੰਤ ਆ ਅਤੇ ਚਾਹੇ BJP ਆ, ਜੋ ਅਨਿਆਏ ਸਾਡੇ ਕਿਸਾਨਾਂ ਨਾਲ ਅਤੇ ਸਾਡੇ ਨੌਜਵਾਨਾਂ ਨਾਲ NSA ਲਾ ਕੇ ਕੀਤਾ, ਇਹ ਪਬਲਿਕ ਓਪੀਨੀਅਨ ਇਹਨਾਂ ਦੇ ਬਹੁਤ ਜ਼ਬਰਦਸਤ ਖਿਲਾਫ ਬਿਲਡ ਹੋ ਰਿਹਾ, ਔਰ ਉਹ ਦਿਨ ਆਵੇਗਾ ਕਿ ਇਹਨਾਂ ਨੂੰ ਆਪਣੀਆਂ ਗਲਤੀਆਂ ਉਣਤਾਈਆਂ ਦੀ ਮਾਫ਼ੀ ਮੰਗਣੀ। ਇੱਥੇਦਾਰ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਫਿਰ ਤੁਸੀਂ ਕੁਛ ਕਰੋ ਨਾ, ਇਹਨਾਂ ਦੇ ਹੋਰ ਹੀਲਾ ਕੀ ਆ, ਇਹ ਆਪਣਾ ਪ੍ਰੋਟੈਸਟ ਵੀ ਨਾ ਕਰਨ। ਹੰਗਰ ਸਟ੍ਰਾਈਕ ਇਜ਼ ਅ ਮਾਰਕ ਆਫ ਪ੍ਰੋਟੈਸਟ। ਤੁਸੀਂ ਜੇ ਸਿੱਖ ਸਿਧਾਂਤ ਤੁਹਾਨੂੰ ਇੰਨੇ ਪਿਆਰੇ ਨੇ, ਫਿਰ ਜਾਂ ਤਾਂ ਇੱਥੇ ਆਣ ਕੇ ਬੈਠੋ ਉਹਨਾਂ ਦੇ ਨਾਲ, ਚਲੋ ਨਾਲ ਸਾਨੂੰ ਲੈ ਕੇ ਚਲੋ, ਇਹਨਾਂ ਦੇ ਪਰਿਵਾਰ ਨੂੰ ਦਿੱਲੀ ਹੋਮ ਮਿਨਿਸਟਰ ਨੂੰ ਮਿਲੋ, ਪ੍ਰਾਈਮ ਮਿਨਿਸਟਰ ਨੂੰ ਮਿਲੋ, ਇਹਨਾਂ ਦੇ ਜਿਹੜਾ ਅਤਿਆਚਾਰ ਹੋ ਰਿਹਾ ਉਸਨੂੰ ਬੰਦ ਕਰਾਓ। ਜਿਹੜੇ ਕੋ ਆਪਾਂ ਜੇ ਕਰਨਾ ਵੀ ਕੁਛ ਨਹੀਂ ਗਾ ਅਤੇ ਦੂਜੇ ਦੇ ਕਰਨ ਦੇ ਉੱਤੇ ਟੁੱਕਣਾ ਵੀ ਆ ਅਤੇ ਫਿਰ ਉਹਨੂੰ ਮਰਿਆਦਾ ਸਿਖਾਉਣੀ, ਦੈਟ ਇਜ਼ ਅਨਫੇਅਰ। ਤੁਸੀਂ ਇੰਡੀਵਿਜੁਅਲ ਜਿਹੜਾ ਹੈਗਾ ਕਿਸਾਨਾਂ ਲਈ ਜਿਹੜਾ ਕੀ ਦੇਖਦੇ ਹੋ ਸਾਰੇ ਐਪੀਸੋਡ ਨੂੰ, ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ? ਕਿਸਾਨਾਂ ਦਾ ਤੁਹਾਨੂੰ ਦੱਸ ਦਿੱਤਾ ਵਾ ਕਿ ਸਾਡੇ ਪੰਜਾਬ ਦੀ ਧਰਤੀ 'ਤੇ ਟਾਕਾ ਵੱਜਿਆ ਵਾ, ਸ਼ਰੇਆਮ ਹਰਿਆਣਾ ਪੁਲਿਸ ਨੇ ਬੰਦਰ ਵੜ ਕੇ ਬੰਦੇ ਮਾਰੇ ਨੇ, ਟਰੈਕਟਰ ਭੰਨੇ ਨੇ, ਜ਼ਖਮੀ ਕੀਤੇ ਨੇ, ਇੱਕ ਵੀ ਪਰਚਾ ਛੋਟਾ ਜਿਹਾ। ਔਰ ਇਹ ਕਹਿੰਦਾ ਜੀ ਕਿ ਸ਼ਾਇਦ ਹੁਣ ਇਹਦੀ ਪੁਲਿਸ ਨੇ ਸਿਖਾ ਦਿੱਤਾ ਜੀ ਕਿ ਤਾਂ ਜਿਹੜਾ ਸ਼ੁਭ ਕਰਨ ਦਾ ਕਤਲ ਹੋਇਆ ਹਰਿਆਣਾ ਦੀ ਟੈਰੀਟਰੀ 'ਚ, ਹਾਲਾਂਕਿ ਗਲਤ ਆ, ਇੱਕ ਇਹਦੀ ਕੋਈ ਕਨਫਰਮੇਸ਼ਨ ਨਹੀਂ। ਮੰਨ ਲਿਆ ਹਰਿਆਣਾ ਦੀ ਟੈਰੀਟਰੀ 'ਚ ਹੋਇਆ, ਭਗਵੰਤ ਮਾਨ ਚਾਹੇ ਅੱਜ 0 FIR ਦਰਜ ਕਰ ਸਕਦਾ, 0 FIR ਕਤਲ ਦੀ ਦਰਜ ਕਰਕੇ ਹਰਿਆਣੇ ਨੂੰ ਭੇਜ ਦੇ, ਉੱਥੇ ਇਨਵੈਸਟੀਗੇਸ਼ਨ ਹੋ ਜੂਗੀ, ਡਜ਼ਨਟ ਮੈਟਰ। ਅਤੇ ਜਿਹੜੇ 250 ਬੰਦਾ ਇੱਥੇ ਫੱਟੜ ਕੀਤਾ ਉਹ ਤਾਂ ਪੰਜਾਬ ਦੀ ਧਰਤੀ 'ਤੇ ਹੋਇਆ ਨਾ, ਟੇਅਰ ਗੈਸ ਸ਼ੈਲ ਡਰੋਨਾਂ ਨਾਲ ਸੁੱਟੇ, ਇੱਧਰਲੇ ਪਾਸੇ ਰਬੜ ਦੀਆਂ ਪੈਲਟਸ ਮਾਰੇ ਨੇ, ਉਹਨਾਂ ਦੀ FIR ਕਿਉਂ ਨਹੀਂ ਹੁੰਦੀ? ਅਸਲ 'ਚ ਕਹਾਣੀ ਹੈ ਕਿ ਇਹ ਕਮਜ਼ੋਰ ਕਾਇਰ ਬੰਦਾ ਵਾ, ਇਹਦੇ ਜਾਨ ਨਹੀਂ ਹੈਗੀ ਕਿ ਖੜ ਕੇ ਪੰਜਾਬ ਦੇ ਉਹ ਲੋਕ ਆ ਚੁਟਕਲੇ ਜਿੰਨੇ ਮਰਜ਼ੀ ਸੁਣਾ ਰਹੇ, ਤੋ ਰੋਜ਼ ਦਿਹਾੜੀ ਉੱਠ ਕੇ ਫਲਾਣੇ ਨੂੰ ਟੀਚਰ, ਫਲਾਣੇ ਨੂੰ ਟੀਚਰ, ਦਿਸ ਇਜ਼ ਨੋਟ ਪੰਜਾਬ। ਪੰਜਾਬ ਨੀਡਸ ਮੱਚ ਮੱਚ ਮੋਰ ਸੀਰੀਅਸ ਅਟੈਂਸ਼ਨ ਐਂਡ ਸੀਰੀਅਸ ਐਡਮਿਨਿਸਟ੍ਰੇਸ਼ਨ। ਤੁਸੀਂ ਕੀ ਮਾਰਚ ਕਰਨ ਜਾ ਰਹੇ ਹੋ ਕਿਸਾਨਾਂ ਵਾਸਤੇ? ਤੁਸੀਂ ਕੋਈ ਸਾਡਾ ਤਾਂ ਪਰਸੋਂ ਦਾ ਰੱਖਿਆ ਜੀ, ਜਿਹੜਾ ਸ਼ੁਭ ਕਰਨ ਦੇ ਇਨਸਾਫ ਵਾਸਤੇ 250 ਬੰਦਾ ਕਿਸਾਨ ਫੱਟੜ ਹੋਇਆ, ਉਹਦੇ ਇਨਸਾਫ ਲਈ ਟਰੈਕਟਰਾਂ 'ਤੇ ਹਮਲਾ ਹੋਇਆ, ਅਸੀਂ ਚੌਕੇ ਪਿੰਡ ਦਾ ਮੌੜ ਹਲਕੇ 'ਚ, ਉੱਥੋਂ ਲੈ ਕੇ ਬੱਲੋ ਪਿੰਡ ਦੇ ਵੋਕ, ਇਹ ਸਾਰੀਆਂ ਗੱਲਾਂ ਸਿੰਬੋਲਿਕ ਆ, ਤੁਹਾਡੇ ਜ਼ਰੀਏ ਆ ਕੈਮਰਾ ਜ਼ਰੀਏ ਦੁਨੀਆ ਭਰ ਦੇਖ ਰਹੀ ਹੈ। ਇਹ ਮਤ ਸਮਝਣ ਕਿ ਪਬਲਿਕ ਓਪੀਨੀਅਨ ਜਿਹੜਾ ਹੈਗਾ ਕੋਈ ਉਹ ਬਿਲਡ ਨਹੀਂ ਹੋ ਰਿਹਾ, ਚਾਹੇ ਭਗਵੰਤ ਆ ਅਤੇ ਚਾਹੇ BJP ਆ, ਜੋ ਅਨਿਆਏ ਸਾਡੇ ਕਿਸਾਨਾਂ ਨਾਲ ਅਤੇ ਸਾਡੇ ਨੌਜਵਾਨਾਂ ਨਾਲ NSA ਲਾ ਕੇ ਕੀਤਾ, ਇਹ ਪਬਲਿਕ ਓਪੀਨੀਅਨ ਇਹਨਾਂ ਦੇ ਬਹੁਤ ਜ਼ਬਰਦਸਤ ਖਿਲਾਫ ਬਿਲਡ ਹੋ ਰਿਹਾ, ਔਰ ਉਹ ਦਿਨ ਆਵੇਗਾ ਕਿ ਇਹਨਾਂ ਨੂੰ ਆਪਣੀਆਂ ਗਲਤੀਆਂ ਉਣਤਾਈਆਂ ਦੀ ਮਾਫ਼ੀ ਮੰਗਣੀ।